ਕੈਪਟਨ ਸਰਕਾਰ ਦੇ ਬਣਨ ਤੋਂ 3 ਸਾਲਾਂ ਬਾਅਦ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮਾਰਟਫੋਨ ਦੇ ਨਾਮ ਤੋਂ ਭਾਈਦੇ ਨਜ਼ਰ ਆਏ, ਪਰ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਦੀਵਾਲੀ ਤੱਕ ਪੂਰਾ ਕੀਤਾ ਜਾਵੇਗਾ। ਚੰਡੀਗੜ੍ਹ ਵਿਖੇ ਕਾਂਗਰਸੀ ਵਰਕਰ ਦੇ ਪੁਸਤਕ ਰਿਲੀਜ਼ ਸਮਾਗਮ 'ਚ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 130 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਨੇ ਅਤੇ ਦੀਵਾਲੀ 'ਤੇ ਨੌਜਵਾਨਾਂ ਨੂੰ ਕੈਪਟਨ ਸਰਕਾਰ ਸਮਾਰਟਫੋਨ ਗਿਫਟ ਕਰੇਗੀ। ਜਿੱਥੋਂ ਤੱਕ ਸਮਾਰਟਫੋਨ ਦਾ ਫੈਸਲਾ ਹੈ, ਇਹ ਫਾਈਨੈਂਸ ਡਿਪਾਰਟਮੈਂਟ ਵੱਲੋਂ 130 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਔਰ ਸਮਾਰਟਫੋਨ ਦਾ ਟੈਂਡਰ ਜਿਹੜਾ ਕਾਲ ਕਰ ਲਿਆ। ਕੀ ਆਸ ਕੀ ਲੱਗਦੀ ਹੈ ਕਦੋਂ ਤੱਕ ਜਿਹੜਾ ਹੈਗਾ ਇਹ ਸਮਾਰਟਫੋਨ ਦਾ ਵਾਅਦਾ ਪੂਰਾ ਹੋਊਗਾ? ਸਰ, ਮੈਂ ਤਾਂ ਤੁਹਾਨੂੰ ਕਹਿ ਜਦੋਂ ਪੈਸੇ ਰਿਲੀਜ਼ ਕਰਦੇ ਹੁਣ ਤਾਂ ਤਕਸੀਮ ਕਰਨ ਦੀ ਦੀਵਾਲੀ ਤੱਕ ਕਰ ਲੈਣ। ਉੱਥੇ ਹੀ ਕਾਂਗਰਸ ਦੇ ਵਿਧਾਇਕ ਗੁਰਕੀਰਤ ਕੋਟਲੀ ਨੇ ਕੈਪਟਨ ਸਰਕਾਰ ਦੇ ਗੁਣਗਾਣ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਪਿਛਲੇ 2.5 ਸਾਲਾਂ ਤੋਂ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਇਸ ਦੇ ਨਾਲ ਹੀ ਕੋਟਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਕੀਤੇ 161 ਵਾਅਦਿਆਂ 'ਚੋਂ 140 ਵਾਅਦੇ ਪੂਰੇ ਕਰ ਦਿੱਤੇ ਨੇ। ਉਹਨਾਂ ਅਕਾਲੀ ਭਾਜਪਾ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਨਸ਼ੇ ਦੀ ਜੜ੍ਹ ਅਕਾਲੀ ਸਰਕਾਰ ਸਮੇਂ ਜ਼ਿਆਦਾ ਮਜ਼ਬੂਤ ਹੋ ਗਈ ਸੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਆਉਣ 'ਤੇ ਨਸ਼ੇ ਨੂੰ ਕਾਫੀ ਠੱਲ ਪਾਈ ਗਈ ਹੈ। ਦੇਖੋ, ਵਿਰੋਧੀ ਧਿਰ ਨੇ ਤਾਂ ਵਿਰੋਧ ਕਰਨਾ ਹੀ ਹੈ, ਪਰ ਪਿਛਲੇ 2.5 ਸਾਲਾਂ ਤੋਂ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਵਾਅਦੇ ਪੂਰੇ ਕਰਦੀ ਆ ਰਹੀ ਹੈ। ਇਹਦੇ 'ਚ ਬਿਲਕੁਲ ਸੱਚਾਈ ਹੈ ਔਰ ਜੋ ਕੈਪਟਨ ਸਾਹਿਬ ਨੇ ਉੱਥੇ ਵੇਰਵਾ ਦਿੱਤਾ, ਜੋ ਅੰਕੜੇ ਦਿੱਤੇ ਨੇ, ਉਸ ਉਹਨਾਂ ਵਿੱਚ ਸੱਚਾਈ ਦਿਖਾਈ ਦਿੰਦੀ ਹੈ। ਕਿਉਂਕਿ ਡਿਵੈਲਪਮੈਂਟ ਦੇ ਮੁੱਦੇ 'ਤੇ ਵੀ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋਏ ਹਾਂ ਔਰ ਉਸ ਦੇ ਨਾਲ ਨਾਲ ਡਰੱਗਸ ਦਾ ਜਿਹੜਾ ਇਸ਼ੂ ਆ ਉਸ ਨੂੰ ਵੀ ਘਟਾਉਣ ਦੇ ਵਿੱਚ, ਖਤਮ ਕਰਨ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਆ ਭੂਮਿਕਾ ਬੜੀ ਅਹਿਮ ਰਹੀ ਹੈ। ਇਹਨੂੰ ਦੇਖੋ, ਕੋਈ ਅਪਰੋਚ ਨਹੀਂ ਕਿਸੇ ਨੇ ਕੀਤਾ ਇਸ ਗੱਲ ਦੇ ਲਈ ਔਰ ਕਿਉਂਕਿ ਅਗਰ ਮੈਂ ਆਪਣੀ ਨਿੱਜੀ ਤੌਰ 'ਤੇ ਗੱਲ ਕਰਾਂ ਤਾਂ ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਵੀ ਨਹੀਂ ਰੱਖਦਾ। MLA ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ, ਉਹਦਾ ਬਹੁਤ ਵੱਡਾ ਲੋਕਾਂ ਨੇ ਚੁਣ ਕੇ ਭੇਜਿਆ ਹੁੰਦਾ, ਤੋ ਇਸ ਕਰਕੇ ਅਸੀਂ ਐਜ਼ MLA ਲੋਕਾਂ ਦੀ ਵਧੀ ਵੱਧ ਚੜ੍ਹ ਕੇ ਸੇਵਾ ਕਰ ਸਕਦੇ। ਸੁਰਜੀਤ ਧੀਮਾਨ ਨੇ ਜਿਹੜੇ ਇਹ ਇਲਜ਼ਾਮ ਲਾਏ ਨੇ ਕਿ ਨਸ਼ਾ ਦਰਿਆ ਜਿਹੜਾ ਹੈਗਾ ਅਜੇ ਵੀ ਵਗ ਰਿਹਾ, ਤੁਹਾਨੂੰ ਲੱਗਦਾ ਕਿ ਨਸ਼ਾ ਖਤਮ ਨਹੀਂ ਹੋ ਪਾਇਆ ਪੰਜਾਬ ਸਰਕਾਰ ਦੇ ਵੱਲੋਂ? ਦੇਖੋ, ਅਗਰ ਅਸੀਂ ਇਹ ਕਹਿ ਲਈਏ ਕਿ ਬਿਲਕੁਲ ਹੀ ਖਤਮ ਹੋ ਗਿਆ ਤਾਂ ਉਹ ਤਾਂ ਨਹੀਂ ਗੱਲ ਹੈ। ਠੀਕ ਹੈ, ਨਸ਼ਾ ਜਿਹੜਾ ਵਾ ਉਹ ਹਜੇ ਵੀ, ਕਿਉਂਕਿ ਜਿਹੜੀਆਂ ਜੜ੍ਹਾਂ ਨੇ ਨਸ਼ਾ ਤਸਕਰਾਂ ਦੀਆਂ ਉਹ ਪਿਛਲੇ 10 ਸਾਲ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਸ ਸਮੇਂ ਇੰਨੀਆਂ ਮਜ਼ਬੂਤ ਹੋ ਗਈਆਂ ਸੀਗੀਆਂ, ਉਹਨਾਂ ਉਹ ਜਿਹੜੀਆਂ ਜੜ੍ਹਾਂ ਸੀ ਘਰ ਘਰ ਗਈਆਂ ਸੀਗੀਆਂ ਅਤੇ ਉਹਨਾਂ ਨੂੰ ਖਤਮ ਕਰਨਾ ਕੋਈ ਛੋਟਾ ਟਾਸਕ ਨਹੀਂ ਸੀਗਾ। ਅਤੇ ਅਸੀਂ 2.5 ਸਾਲਾਂ ਦੇ ਵਿੱਚ ਬੜੀ ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਨੇ ਔਰ ਨਸ਼ਾ ਘੱਟ ਹੋਇਆ, ਨਸ਼ਾ ਜਿਹੜਾ ਵਾ ਉਹ ਮੁਕਤੀ ਵੱਲ ਨੂੰ ਪੰਜਾਬ ਵੱਧ ਰਿਹਾ ਅੱਗੇ। ਨਹੀਂ, ਦੇਖੋ, ਐਸੀ ਬਾਤ ਨਹੀਂ ਕਿ ਨਸ਼ੇ 'ਤੇ ਬਹੁਤ ਸਾਰੀ ਜੋ ਹੈ ਸਖਤੀ ਹੋਈ ਹੈ ਨਸ਼ਾ ਮੁਕਤੀ ਕੇ ਲੀਏ ਪੰਜਾਬ ਮੇਂ। ਪੰਜਾਬ ਸਰਕਾਰ ਨੇ ਬੜੀ ਗੰਭੀਰਤਾ ਸੇ ਕਾਮ ਕੀਆ ਔਰ ਪੰਜਾਬ ਸਰਕਾਰ ਆਨੇ ਵਾਲੇ ਦਿਨੋਂ ਮੇਂ ਵੀ ਇਸ ਬਾਤ ਪੇ ਦ੍ਰਿੜ ਹੈ ਔਰ ਹਮ ਨਸ਼ਾ ਮੁਕਤੀ ਪੰਜਾਬ ਮੇਂ ਕਰਕੇ ਰਹੇਂਗੇ। ਕਾਂਗਰਸ ਪਾਰਟੀ ਦੇ ਵਿੱਚ ਹੋ ਗਿਆ ਕਿ ਤੁਹਾਨੂੰ ਵੀ ਆਫਰ ਦਿੱਤੀ ਗਈ ਸੀਗੀ ਪੋਲੀਟੀਕਲ ਐਡਵਾਈਜ਼ਰੀ ਦੀ, ਕਿਉਂਕਿ ਕਿਹਾ ਜਾ ਰਿਹਾ ਕਿ ਤੁਸੀਂ, ਤੁਹਾਨੂੰ ਵੀ ਇਹ ਮੰਗ ਰੱਖੀ ਗਈ ਸੀ ਪਰ ਤੁਸੀਂ ਇਹ ਮੰਗ ਠੁਕਰਾ ਦਿੱਤੀ ਗਈ ਹੈਗੀ? ਬਿਲਕੁਲ ਨਹੀਂ, ਮੇਰਾ ਇਹ ਵਿਸ਼ਵਾਸ ਹੈ ਕਿ ਬਤੌਰ MLA ਅਸੀਂ ਬਹੁਤ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਹਾਂ। ਸਮਾਰਟਫੋਨ ਦੇਣ ਨੂੰ ਲੈ ਕੇ ਜੇ ਕਹੀਏ, ਹੁਣ ਜਿਵੇਂ ਵਿੱਤ ਮੰਤਰੀ ਨੂੰ ਪੁੱਛਿਆ ਸੀ, ਹਾਲਾਂਕਿ ਉਹ ਪੂਰਾ ਜਵਾਬ ਨਹੀਂ ਦੇ ਕੇ ਗਏ, ਭੱਜ ਕੇ ਰਹੇ ਉਹ ਮੌਕੇ ਤੋਂ, ਤੁਹਾਡੀ ਤਾਂ ਗੱਲ ਹੁੰਦੀ ਹੋਣੀ ਹੈ ਕਿ ਕਿਉਂਕਿ ਵਿੱਤ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੋਨਾਂ ਨੂੰ ਕਿਹਾ ਜਾਂਦਾ ਮਿਲਣਾ ਬਹੁਤ ਮੁਸ਼ਕਿਲ ਹੈ, ਕੋਈ ਲੱਗਦਾ ਵੀ ਕੋਈ ਮਿਲੂਗਾ ਨੌਜਵਾਨਾਂ ਨੂੰ? ਵਾਅਦਾ ਤਾਂ ਬਹੁਤ ਵੱਡਾ ਸੀ ਇਹ। ਬਿਲਕੁਲ ਮਿਲੇਗਾ, ਇਹ ਵਾਅਦਾ ਜਿਹੜਾ ਸੀ ਉਹ 5 ਸਾਲਾਂ ਦੇ ਲਈ ਸੀ
ਹਲੇ 2.5 ਸਾਲ ਹੋਏ ਨੇ ਸਰਕਾਰ ਦੇ, ਇਹ ਵਾਅਦਾ ਬਿਲਕੁਲ ਪੂਰਾ ਹੋਏਗਾ। ਯਾਨੀ ਕਿ ਨਵੀਂ ਇਲੈਕਸ਼ਨ ਜਦੋਂ ਹੋਊਗੀ ਉਹਦੇ ਕੋਲੇ ਕੋਲੇ ਨਹੀਂ ਨਹੀਂ ਪਹਿਲਾਂ ਹੋਏਗਾ 130 ਕਰੋੜ ਰੁਪਏ ਜਿਵੇਂ ਉਹਨਾਂ ਨੇ ਕਿਹਾ FM ਸਾਹਿਬ ਨੇ, ਰਿਲੀਜ਼ ਹੋ ਗਿਆ ਅਤੇ ਜਲਦੀ ਸਮਾਰਟਫੋਨ ਵੀ ਨੌਜਵਾਨਾਂ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਘਿਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦਾਅਵਾ ਕੀਤਾ ਕਿ ਉਹਨਾਂ ਨੇ ਚੋਣਾਂ ਵੇਲੇ ਕੀਤੇ 161 ਵਾਅਦਿਆਂ 'ਚੋਂ 140 ਵਾਅਦੇ ਪੂਰੇ ਕਰ ਦਿੱਤੇ ਨੇ। ਹੁਣ ਕੈਪਟਨ ਨੇ ਕਿਹੜੇ ਵਾਅਦੇ ਪੂਰੇ ਕੀਤੇ ਅਤੇ ਕਿਹੜੇ ਵਾਅਦੇ ਅਜੇ ਪੂਰੇ ਨਹੀਂ ਹੋਏ, ਇਹ ਤਾਂ ਪੰਜਾਬ ਦੇ ਲੋਕ ਹੀ ਦੱਸ ਸਕਦੇ ਨੇ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਕੈਪਟਨ ਸਰਕਾਰ ਬਣਨ 'ਤੇ ਕਿਸਾਨੀ ਕਰਜ਼ਾ ਮਾਫ਼ ਹੋਵੇਗਾ, ਨੌਜਵਾਨਾਂ ਨੂੰ ਨੌਕਰੀ, ਸਮਾਰਟਫੋਨ ਦਿੱਤੇ ਜਾਣਗੇ। ਇਸ ਤਰ੍ਹਾਂ ਦੇ ਕਈ ਵਾਅਦੇ ਕਰਕੇ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਦੀਵਾਲੀ 'ਤੇ ਨੌਜਵਾਨਾਂ ਨੂੰ ਸਮਾਰਟਫੋਨ ਮਿਲਦੇ ਹਨ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਸਪੋਕਸਮੈਨ TV।